ਡਾਕਟਰ ਕਿਤੇ ਛਾਣ ਸੀ ਤੇ ਛਾਣ ਹੋਣ ਦਾ ਕਾਰਨ ਅਸੀਂ ਮੁਕੇ ਤੋਂ ਮੌਤ ਹੋ ਗਈ। ਅਸੀਂ ਮੰਗ ਕਰਦੇ ਸਾਨੂੰ ਕਿਸੇ ਗੌਰਮੈਂਟਲ ਨੂੰ ਦਿੱਤਾ ਜਾਵੇ, ਅਸੀਂ ਹੋਟਲ ਬੁਲਦੇ ਹਾਂ ਜੀ। ਚੁੱਕਿਆ ਉਹਨੂੰ, ਉਹਨੂੰ ਬਹੁਤ ਜ਼ਿਆਦਾ ਲੈਟ ਪਈ ਸੀ, ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਚਲ ਕੋ ਕੋਠੀ ਲੈ ਕੇ ਗਏ। ਪਰ ਇੰਨੀ ਜ਼ਿਆਦਾ ਕੋਈ ਜਾਇਦਾਦ ਨਹੀਂ ਹੈਗੀ। ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਦੀ ਜੇ ਕੋਈ ਮਦਦ ਹੋ ਸਕਦੀ ਤਾਂ ਕਰ ਦਿਓ। ਸਨਾਟਾ ਛਾਇਆ ਹੋਇਆ ਇਸ ਮੌਤ ਨੇ, ਜਵਾਨੀ ਦੀ ਮੌਤ ਹੋਣ ਦੇ ਕਾਰਨ ਬਹੁਤ ਅਫਸੋਸ ਅਤੇ ਦੁੱਖ ਭਰੀ ਗੱਲ ਹੋਈ ਅੱਜ ਸਾਡੇ ਪਿੰਡ ਦੇ ਵਿੱਚ। ਸਾਰਾ ਪਿੰਡ ਹੀ ਇਸ ਗੱਲ ਦਾ ਅਫਸੋਸ ਕਰ ਰਿਹਾ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਘਟਨਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਦੀ ਹੈ, ਜਿੱਥੇ ਕਵੀਸ਼ਰੀ ਵਿੱਚ ਨਾਮ ਕਮਾ ਚੁੱਕੇ 24 ਸਾਲਾ ਭਗਵੰਤ ਸਿੰਘ ਦੀ ਖੇਤਾਂ ਵਿੱਚ ਲੱਗੀ ਮੋਟਰ ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਵਾਪਰੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਇੱਕ ਗਰੀਬ ਪਰਿਵਾਰ ਦਾ ਲੜਕਾ ਸੀ, ਜੋ ਕਿ ਆਪਣੇ ਪਿੱਛੇ ਆਪਣੇ ਦੋ ਬੱਚੇ ਛੱਡ ਗਿਆ। ਮ੍ਰਿਤਕ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਦੋਵੇਂ ਪਿਓ ਪੁੱਤ ਖੇਤਾਂ ਵਿੱਚ ਪਸ਼ੂਆਂ ਲਈ ਪੱਠੇ ਲੈਣ ਗਏ ਸਾਂ, ਪਰ ਜਦੋਂ ਉਸਦਾ ਪੁੱਤ ਮੋਟਰ ਚਲਾਉਣ ਲੱਗਾ ਤਾਂ ਉਸਨੂੰ ਕਰੰਟ ਦਾ ਝਟਕਾ ਲੱਗਿਆ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੈਂ ਜੀ ਸਵਰਨ ਸਿੰਘ ਮਹਿੰਦੀਪੁਰ ਤੋਂ, ਅਸੀਂ ਖੇਤ ਪਿਓ ਪੁੱਤ ਪੱਠੇ ਵੱਢਣ ਵਾਸਤੇ ਗਏ ਹਾਂ। ਮੇਰੇ ਲੜਕੇ ਦਾ ਨਾਂ ਭਗਵੰਤ ਸਿੰਘ ਆ। ਮੈਂ ਇੱਥੇ ਪੱਠੇ ਵੱਢਣ ਲੱਗ ਪਿਆ, ਇਹ ਝੋਨੇ ਨੂੰ ਪਾਣੀ ਲਾਉਣ ਵਾਸਤੇ ਗਿਆ। ਸਟਾਰਟਰ ਕਿਤੇ ਛਾੜ ਸੀ ਤੇ ਛਾੜ ਹੋਣ ਦਾ ਕਾਰਨ ਉਹਦੀ ਮੁਕੇ ਤੋਂ ਮੌਤ ਹੋ ਗਈ। ਹਾਂਜੀ, ਵਿਆਹ ਹੋਇਆ ਸੀ, ਦੋ ਬੱਚੇ ਛੋਟੇ ਛੋਟੇ। ਇਸ ਮੌਕੇ ਭਾਈ ਤਰਸੇਮ ਸਿੰਘ ਮੰਡਲੀ ਕਵੀਸ਼ਰੀ ਜੱਥਾ ਪਿੰਡ ਠੱਕਰਪੁਰਾ ਦੀ ਟੀਮ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਭਗਵੰਤ ਸਿੰਘ ਇੱਕ ਵਧੀਆ ਤੇ ਸੁਰੀਲੀ ਆਵਾਜ਼ ਦਾ ਮਾਲਕ ਸੀ ਤੇ ਉਸ ਦੀ ਆਵਾਜ਼ ਨੇ ਕੈਨੇਡਾ ਵਿੱਚ ਵੀ ਧਮਾਲਾਂ ਪਾਈਆਂ ਹੋਈਆਂ ਸਨ। ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਨੌਜਵਾਨ ਸਾਨੂੰ ਛੱਡ ਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ। ਉਹਨਾਂ ਕਿਹਾ ਕਿ ਭਗਵੰਤ ਸਿੰਘ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਸਾਡੇ ਜੱਥੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ। ਸਭ ਤੋਂ ਪਹਿਲਾਂ ਸਮੁੱਚੇ ਜਥੇ ਵੱਲੋਂ ਅਰਦਾਸ ਫਤਿਹ ਦੇ ਹਾਜ਼ਰੀ ਲਗਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਵੀਰ ਭਗਵੰਤ ਸਿੰਘ ਮਹਿੰਦੀਪੁਰ, ਸਨ ਆਫ ਸਰਦਾਰ ਸਵਰਨ ਸਿੰਘ ਮਹਿੰਦੀਪੁਰ, ਤਿੰਨਾਂ ਦਾ ਸਪੁੱਤਰ ਸੀ, ਇਕੱਲਾ ਇਕੱਲਾ ਸੀ। ਅਤੇ ਇਹ ਵੀਰ ਖੇਤ ਗਿਆ ਹੈ ਆਪਣੇ ਪਿਤਾ ਜੀ ਦੇ ਨਾਲ, ਅਤੇ ਖੇਤ ਦੇ ਵਿੱਚ ਇਹਦੇ ਪਿਤਾ ਜੀ ਜਿਹੜੇ ਆ ਉਹ ਪੱਠੇ ਵੱਢਣ ਡੇ ਪਏ, ਅਤੇ ਇਹ ਮੋਟਰ ਜਿਹੜੀ ਉਹ ਛੱਡਣ ਵਾਸਤੇ ਗਿਆ ਹੈ, ਸਟਾਰਟਰ ਤੋਂ ਜਿਹੜੀ ਬੱਤੀ ਪੈਣ ਕਰਕੇ ਇਸ ਵੀਰ ਦੀ ਮੌਤ ਹੋ ਗਈ ਹੈ। ਬੜਾ ਚੰਗਾ ਅਤੇ ਸੂਝਵਾਨ ਸੀ, ਚੰਗਾ ਕਵੀਸ਼ਰ ਸੀ। ਸਮੁੱਚੇ ਪਿੰਡ ਦੇ ਵਿੱਚ ਕਦੀ ਕਿਸੇ ਦੇ ਨਾਲ ਕੋਈ ਮਾੜਾ ਬੋਲ ਕਬੋਲ ਜਿਹੜਾ ਇਸ ਵੀਰ ਨੇ ਨਹੀਂ ਕੀਤਾ। ਹਾਂਜੀ ਹਾਂਜੀ ਵੀਰ ਜੀ, 2017 ਦੇ ਵਿੱਚ ਅਸੀਂ ਕੈਨੇਡਾ ਟੂਰ ਲਾ ਕੇ ਆਏ ਹਾਂ ਇਕੱਠੇ, ਵੀਰ ਭਗਵੰਤ ਸਿੰਘ ਹੋਣੀ, ਸਮੁੱਚਾ ਜਥਾ ਅਸੀਂ, ਕਿ ਕੈਨੇਡਾ ਦੀ ਧਰਤੀ ਦੇ ਉੱਤੇ ਐਪਸਪੋਰਟ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਅਸੀਂ ਬਤੌਰ 5.5 ਮਹੀਨੇ ਜਿਹੜਾ ਲਗਾਤਾਰ ਟੂਰ ਜਿਹੜਾ ਲਗਾਇਆ ਜੀ, ਅਤੇ ਉਸ ਸਿੱਖ ਸੰਗਤ ਨੇ ਇਸ ਵੀਰ ਦੇ ਨਾਲ ਹੀ ਸਾਡਾ ਜਿਹੜਾ ਸਨਮਾਨ ਗੋਲਡ ਮੈਡਲ ਦੇ ਨਾਲ ਕੀਤਾ, ਕਿ ਇਸ ਵੀਰ ਦੇ ਜਾਣ ਨਾਲ ਸਾਨੂੰ ਜਿਹੜਾ ਬਹੁਤ ਘਾਟਾ ਪਿਆ ਹੈ, ਪਰਿਵਾਰ ਨੂੰ ਜਿਹੜਾ ਘਾਟਾ ਪਿਆ, ਉਸ ਦੇ ਨਾਲ ਨਾਲ ਕਵੀਸ਼ਰੀ ਜਗਤ ਨੂੰ ਜਿਹੜਾ ਬਹੁਤ ਘਾਟਾ ਪਿਆ ਜੀ। ਹਾਂਜੀ ਹਾਂਜੀ ਵੀਰ ਜੀ, ਮੈਰਿਜ ਹੋਈ ਆ, ਅਤੇ ਦੋ ਸਪੁੱਤਰ ਇਹਨਾਂ ਦੇ, ਇੱਕ 4 ਸਾਲ ਦਾ ਅਤੇ ਇੱਕ 2 ਸਾਲ ਦਾ ਜੀ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਇੱਕ ਦੁੱਖਦਾਈ ਘਟਨਾ ਵਾਪਰੀ ਹੈ। ਕਵੀਸ਼ਰੀ ਜਗਤ ਦੇ ਵਿੱਚ ਢਾਡੀ ਕਵੀਸ਼ਰ ਸਾਰੇ ਇਸ ਵੀਰ ਦੇ ਨਾਲ ਬੜਾ ਸਨੇਹ ਰੱਖਦੇ ਸੀ, ਬੜਾ ਪਿਆਰ ਰੱਖਦੇ ਸੀ। ਜਿਹਨੂੰ ਜਿਹਨੂੰ ਵੀ ਪਤਾ ਲੱਗਾ ਹੈ, ਹਰ ਕੋਈ ਆਪਣੇ ਦਿਲੋਂ ਦੁੱਖ ਇਸ ਗੱਲ ਦਾ ਜਿਸ ਤਰ੍ਹਾਂ ਵੀ ਉਹ ਸ਼ੇਅਰ ਕਰ ਰਹੇ ਆ ਜਾਂ ਸਾਂਝਾ ਕਰ ਰਹੇ ਆ। ਮੈਂ ਸਮਝਦਾ ਕਵੀਸ਼ਰੀ ਕਲਾ ਦਾ ਇੱਕ ਉੱਭਰਦਾ ਹੋਇਆ ਸਾਡਾ ਉਹ ਵੀਰ, ਸਾਡਾ ਨੌਜਵਾਨ ਹੈ ਜਿਹੜਾ ਅੱਜ ਸਾਡੇ ਤੋਂ ਖੁਸਿਆ ਹੈ। ਸਾਡੇ ਨਾਲ ਤਕਰੀਬਨ ਕਾਫੀ ਲੰਮਾ ਸਮਾਂ ਸੀ ਵੀਰਾਂ ਨੇ ਕਵੀਸ਼ਰੀ ਦੀ ਸੇਵਾ ਕੀਤੀ ਹੈ। ਤਕਰੀਬਨ ਅਸੀਂ ਜਿਹੜੀ ਵੀ ਸਟੇਜ ਦੇ ਉੱਤੇ ਗਏ ਹਾਂ, ਪੰਜਾਬ ਜਾਂ ਪੰਜਾਬ ਦੀ ਬਾਹਰ ਤੋਂ ਸਟੇਜ ਦੇ ਉੱਤੇ ਜਿੱਥੇ ਵੀ ਆਪਾਂ ਗਏ ਹਾਂ, ਬੜਾ ਜ਼ਿਆਦਾ ਮਾਣ ਅਤੇ ਸਤਿਕਾਰ ਮਿਲਿਆ, ਅਤੇ ਹਰ ਇੱਕ ਦੇ ਨਾਲ ਬੜਾ ਮਿਲਾਪੜਾ ਸੱਜਣ ਸੀ। ਜਿੱਥੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਘਾਟਾ ਪਿਆ ਹੈ, ਉੱਥੇ ਨਾਲ ਦੀ ਨਾਲ ਸੱਜਣ ਮਿੱਤਰ ਅਤੇ ਕਵੀਸ਼ਰੀ ਦੀ ਦੁਨੀਆ ਦੇ ਵਿੱਚ
क्योंकि एक कवीशरी जगत दे विच नौजवान वीरां दे विच सब तो वधिया सुर ताल ते लय वाला ये वीर गवैया सी साडा ते बड़े दुखी हिरदे दे नाल असीं इस गल दा अफसोस है जिहड़ा ओह जाहिर करदे आ बड़ा इस गल दा सानूं घाटा पिया। थाना खेमकरन दे एएसआई कुलबीर सिंह ने कहा कि धारा 174 दा मामला दर्ज करके अगली कार्रवाई शुरू कर दी गई है। मृतक दी लाश नूं पोस्टमार्टम करवाउण लई हस्पताल विच भेज दिता गया। ਇਹ ਨਾ ਸਵੇਰੇ ਆਪਦੇ ਪਿਤਾ ਨਸ਼ਵਰ ਸਿੰਘ ਦੇ ਨਾਲ ਪੱਠੇ ਵੱਢਣ ਗਏ ਖੇਤ ਦੇ ਵਿੱਚ ਜੋ ਉੱਥੇ ਕਰੰਟ ਲੱਗਣ ਕਰਕੇ ਮੋਟਰ ਛੱਡਣ ਲੱਗਿਆਂ ਕਰੰਟ ਲੱਗਣ ਕਾਰਨ ਮੌਤ ਹੋਈ ਸੀ। ਇਹਨਾਂ ਦਾ ਵਿਆਹ ਹੋਇਆ ਬੇਟਾ ਇੱਕ ਦੋ ਬੇਟੇ ਇੱਕ ਲੜਕੀ ਲੜਕਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਾਉਣ ਲੱਗੇ। ਇਸ ਮੌਕੇ ਅਕਾਲੀ ਆਗੂ ਬੋਹੜ ਸਿੰਘ ਅਤੇ ਸਰਪੰਚ ਨਿਸ਼ਾਨ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ। ਮੇਰਾ ਨਾਮ ਬੋਹੜ ਸਿੰਘ ਜੀ ਸਾਨੂੰ ਸਰਦਾਰ ਬਿੰਦ ਸਿੰਘ ਸਾਡੇ ਗਵਾਂਢ ਭਗਵੰਤ ਸਿੰਘ ਸਾਨੂੰ ਸਵਰਨ ਸਿੰਘ ਉਹਦੇ ਬੇਟੇ ਦੀ ਸਵਰਨ ਸਿੰਘ ਦੇ ਦੀ ਭਗਵੰਤ ਸਿੰਘ ਦੀ ਡੈਥ ਹੋ ਗਈ ਆ। ਉਹਦੇ ਛੋਟੇ ਛੋਟੇ ਬੱਚਾ ਜੀ ਉਹਨਾਂ ਦੋਵੇਂ ਪਿਓ ਪੁੱਤਰ ਪੱਠੇ ਲੈਣ ਗਏ ਸੀ ਖੇਤਰ ਉਹ ਪੱਠੇ ਵੱਢਣ ਲੱਗ ਗਿਆ ਅਤੇ ਬੇਟਾ ਉਹਦਾ ਮੋਟਰ ਚਲਾਉਣ ਲੱਗਾ ਅਤੇ ਸਟਾਰਟਰ ਕਿਤੇ ਜਿਹੜਾ ਉਹ ਸ਼ਾਰਟ ਹੋ ਗਿਆ ਉਹਨੂੰ ਜਦੋਂ ਲਾਈਟ ਪਈ ਆ ਅਤੇ ਉਹਦੇ ਬਾਪ ਨੇ ਜਦੋਂ 10-15 ਮਿੰਟ ਡੀਕਿਆ ਵੀ ਆਇਆ ਨਹੀਂ ਉਹ ਉੱਥੋਂ ਵਾਜਾ ਵੂਜਾ ਮਾਰਦਾ ਰਿਹਾ ਅਤੇ ਉਹ ਨਹੀਂ ਜੋ ਨਿਵਾਜ ਦਿੱਤੀ ਉਹ ਫਿਰ ਮੋਟਰ 'ਤੇ ਜਦੋਂ ਆਇਆ ਤਾਂ ਵੇਖਿਆ ਤਾਂ ਭਗਵੰਤ ਸਿੰਘ ਬਹੁਤ ਜ਼ਿਆਦਾ ਲਾਈਟ ਪਈ ਸੀ। ਉਹਨੇ ਮੁੜ ਕੇ ਬੋਹੜ ਸਿੰਘ ਸਾਨੂੰ ਪ੍ਰਬੰਧ ਸਿੰਘ ਉਹ ਵੀ ਲਾਗੇ ਸੀ ਉਹਨਾਂ ਦੇ ਚਾਚਾ ਉਹਨੂੰ ਉਹਨੇ ਵਾਜਾਂ ਮਾਰੀਆਂ ਉਹ ਵੀ ਆਏ ਉਹਨਾਂ ਆ ਕੇ ਮਤਲਬ ਕਿ ਚੁੱਕਿਆ ਉਹਨੂੰ ਉਹਨੂੰ ਬਹੁਤ ਜ਼ਿਆਦਾ ਲਾਈਟ ਪਈ ਸੀ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਅਤੇ ਅਲਗੋਂ ਕੋਠੀ ਲੈ ਕੇ ਗਏ ਜਦੋਂ ਉੱਥੇ ਡਾਕਟਰਾਂ ਕੋਲ ਲੱਗੇ ਤਾਂ ਉਹਨਾਂ ਕਿਹਾ ਸੀ 10-15 ਮਿੰਟ ਹੋ ਗਏ ਡੈਥ ਹੋ ਗਈ ਆ। ਬਿਲਕੁਲ ਗਰੀਬ ਪਰਿਵਾਰ ਆ ਵਿਆਹ ਆਇਆ ਦੋ ਬੱਚੇ ਛੋਟੇ ਛੋਟੇ ਅਤੇ ਭਗਵੰਤ ਸਿੰਘ ਦੀ ਜਿਹੜੀ 23-24 ਸਾਲ ਉਮਰ ਆ 22-23 ਸਾਲ ਉਹਦੇ ਦੀ 22 ਸਾਲ ਅਤੇ ਬਹੁਤ ਜ਼ਿਆਦਾ ਜ਼ੁਲਮ ਹੋ ਗਿਆ ਜੀ ਮਾਤਰ ਬੰਦੇ ਉਹਨਾਂ ਦੀ ਵੱਧ ਤੋਂ ਵੱਧ ਸਰਕਾਰ ਅੱਗੇ ਮੰਗ ਕਰਦੇ ਕਿ ਮਦਦ ਕੀਤੀ ਜਾਵੇ ਬਹੁਤ ਜ਼ਿਆਦਾ ਧੱਕਾ ਹੈਗਾ ਜੀ। ਬਿਲਕੁਲ ਮਾਤਰ ਪਰਿਵਾਰ ਆ ਬਜ਼ੁਰਗ ਬੰਦੇ ਆ ਜੀ ਕੋਈ ਕਮਾਉਣ ਵਾਲਾ ਨਹੀਂ ਇੱਕੋ ਹੀ ਬੇਟਾ ਸੀ ਉਹਦੀ ਵੀ ਡੈਥ ਹੋ ਗਈ ਆ। ਬਹੁਤ ਜ਼ਿਆਦਾ ਜ਼ੁਲਮ ਹੋ ਗਿਆ ਜੀ ਅਸੀਂ ਸਰਕਾਰ 'ਤੇ ਹੋ ਮੰਗ। ਬਹੁਤ ਮੰਦਭਾਗੀ ਘਟਨਾ ਆਪਣੇ ਖੇਤ ਨੂੰ ਪਿਓ ਪੁੱਤ ਪੱਠੇ ਲੈ ਕੇ ਲੈਣ ਵਾਸਤੇ ਜਾ ਰਹੇ ਸੀ ਬਾਪ ਉਹਦਾ ਸਰਵਣ ਸਿੰਘ ਜਿਹੜਾ ਉਹ ਪੱਠੇ ਵੱਢਣ ਲੱਗ ਪਿਆ ਅਤੇ ਜਿਹੜਾ ਲੜਕਾ ਸੀ ਉਹ ਮੋਟਰ ਚਲਾਉਣ ਲੱਗ ਪਿਆ ਉੱਥੋਂ ਸ਼ਾਰਟ ਲੱਗ ਗਿਆ ਉਹਨੂੰ ਕਰੰਟ ਲੱਗ ਗਿਆ ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ। ਅਲਗੋਂ ਕੋਠੀ ਲਗਾਏ ਨੇ ਉਹਨਾਂ ਨੇ ਜਵਾਬ ਦਿੱਤਾ ਵੀ ਇਹਦੀ ਡੈਥ ਹੋ ਗਈ। ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜ਼ਿਮੀਂਦਾਰਾ ਪਰਿਵਾਰ ਆ ਪਰ ਇੰਨੀ ਜ਼ਿਆਦਾ ਕੋਈ ਜਾਇਦਾਦ ਨਹੀਂ ਹੈਗੀ। ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਦੀ ਜੇ ਕੋਈ ਮਦਦ ਹੋ ਸਕਦੀ ਹੈ ਤਾਂ ਕਰ ਦਿਓ ਬਹੁਤ ਵਧੀਆ ਗੱਲ ਆ। ਬਹੁਤ ਪਿੰਡ ਦੇ ਵਿੱਚ ਜਿਹੜਾ ਸਨਾਟਾ ਛਾਇਆ ਹੋਇਆ ਇਸ ਮੌਤ ਨੇ ਜਵਾਨੀ ਦੀ ਮੌਤ ਹੋਣ ਦੇ ਕਾਰਨ ਬਹੁਤ ਅਫਸੋਸ ਅਤੇ ਦੁੱਖ ਭਰੀ ਗੱਲ ਹੋਈ ਅੱਜ ਸਾਡੇ ਪਿੰਡ ਦੇ ਵਿੱਚ ਸਾਰਾ ਪਿੰਡ ਹੀ ਇਸ ਗੱਲ ਦਾ ਅਫਸੋਸ ਕਰ ਰਿਹਾ। ਇਹਦੀ ਉਮਰ 23 ਸਾਲ ਦੇ ਕਰੀਬ ਆ ਅਜੇ ਤੱਕ ਕੋਈ ਗੱਲ ਵੀ ਨਹੀਂ ਹੈ। ਕਵੀਸ਼ਰੀ ਲਾਈਨ ਦੇ ਵਿੱਚ ਸੀ ਇਹਦੇ ਕਵੀਸ਼ਰ ਬਹੁਤ ਵਧੀਆ ਸੀ ਇਹ ਚੜ੍ਹਦੀਆਂ ਕਲਾ ਦੇ ਵਿੱਚ ਜਿਹੜਾ ਸੀ ਕਵੀਸ਼ਰ ਸੀ ਹਾਂਜੀ ਕੈਨੇਡਾ ਤੋਂ ਵੀ ਹੋ ਕੇ ਆਇਆ ਹੈ। ਇਹਦੇ ਛੋਟੇ ਛੋਟੇ ਬੱਚੇ ਨੇ ਇੱਕ 1.5 ਸਾਲ ਦਾ ਇੱਕ 3 ਸਾਲ ਦਾ ਬੱਚਾ ਹੈ। ਮੰਗ ਕਰਦੇ ਆ ਸਰਕਾਰ ਕੋਈ ਨਾ ਕੋਈ ਇਹਨੂੰ ਜਿਹੜੀ ਇਹਦੀ ਵਿਧਵਾ ਪਤਨੀ ਉਹਨੂੰ ਜੇ ਕੋਈ ਹੈਲਪ ਹੋ ਸਕਦੀ ਹੈ ਤੇ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਭਾਵੇਂ ਕੋਈ ਵੀ ਦੇ ਦੇਣ। ਤਰਨਤਾਰਨ ਤੋਂ ਅਮਰਗੌਰ ਤੇ ਹਰਵਿੰਦਰ ਪਾਟਿਆ ਦੀ ਰਿਪੋਰਟ। ਨਾਓ ਏਵਨ ਪੰਜਾਬੀ ਲਾਂਚ ਐ ਨਿਊਜ਼ਪੇਪਰ ਦਾ ਪਾਵਰ ਆਫ ਵਰਡਸ। ਨਾਓ ਯੂ ਚੈੱਕ ਆਊਟ ਆਲ ਆਵਰ ਡੇਲੀ ਅਪਡੇਟਸ ਔਨ ਆਵਰ ਵੈਬਸਾਈਟ www.evenpunjabi.com ਐਂਡ ਆਲ ਅਪਡੇਟਸ ਔਨ ਆਵਰ ਸੋਸ਼ਲ ਨੈਟਵਰਕਸ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਐਂਡ ਯੂਟਿਊਬ। ਥੈਂਕ ਯੂ। ਇੱਕ ਵਾਰ ਜ਼ਰੂਰ ਮਿਲੋ, ਸੰਪਰਕ ਕਰੋ ਵਿਸ਼ਵਨਾਥ ਤਾਂਤਰੇ। ਤੁਸੀਂ ਸੰਪਰਕ ਕਰ ਸਕਦੇ ਹੋ 90244-70-842। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ।
कितना कितनी असं अपने बालों करके शर्म फील करते हैं कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया जिसे लगान नाल मैं मार्केट से बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी तो वो भी मैं बड़ा रिलीफ मिले। ये यूज़ करो तो मैं प्रैक्टिकल यूज़ कर रहा।